ਹੈਲੋ ਫਰੈਂਡਸ, ਵੈਲਕਮ ਟੂ ਸ਼ੋਭਜੀਤ ਵਲੋਗ। ਅੱਜ ਅਸੀਂ ਵਲੋਗ ਬਣਾ ਰਹੇ ਹਾਂ ਆਸਟ੍ਰੇਲੀਆ ਪਰਥ ਦੇ ਵਿੱਚ। ਫਸਟ ਡੇ ਸੀ ਸਾਡਾ, ਅਸੀਂ ਘੁੰਮਣ ਬਾਹਰ ਨਿਕਲੇ ਹਾਂ ਅਤੇ ਜਪਨੀਤ ਅਤੇ ਰਤਨ ਸਾਨੂੰ ਘੁੰਮਾਉਣ ਵਾਸਤੇ ਲੈ ਕੇ ਆਏ ਨੇ ਅਤੇ ਅਸੀਂ, ਮੈਂ ਅਤੇ ਸੁਰਪਾਲ ਦੀ ਪੂਰੀ ਫੈਮਿਲੀ, ਅਸੀਂ ਸਾਰੇ ਜਣੇ ਹਾਂ, ਬੱਚੇ ਨੇ ਉਹਦੇ ਨਾਲ, ਅਤੇ ਅਸੀਂ ਘੁੰਮਣ ਆਏ ਹਾਂ। ਫਿਸ਼ ਵਾਲਾ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਤਰੀਕੇ ਦੀ ਫਿਸ਼। ਸੰਤ, ਅਸੀਸ, ਸੁਖਵਿੰਦਰ ਪੂਰਾ ਇੰਜੋਏ ਕਰ ਰਹੇ ਨੇ, ਸਾਰੇ ਫਿਸ਼ ਨੂੰ ਦੇਖਦੇ ਕਿ ਜਿਵੇਂ ਵੀ ਟਾਈਮ ਮਿਲਦਾ ਉਹਨੂੰ ਐਕਸਪਲੋਰ ਕਰ ਰਹੇ ਨੇ, ਅਤੇ ਇੱਥੇ ਪੂਰਾ ਚੰਗੀ ਤਰੀਕੇ ਨਾਲ ਗਾਈਡ ਵੀ ਕਰਦੇ ਨੇ। ਇੱਕ ਸੈਕਸ਼ਨ ਐਵੇਂ ਦਾ ਜਿੱਥੇ ਕਿ ਇਹ ਫਿਸ਼ ਜਿਹੜੀਆਂ ਨੇ, ਵੈਸੇ ਤਾਂ ਲਿਖਿਆ ਵੀ ਹੋਇਆ ਪਰ ਇੱਕ ਇੱਕ ਫਿਸ਼ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਨੌਲੇਜ ਦਿੰਦੇ ਨੇ ਜੇ ਤੁਸੀਂ ਪੁੱਛਣਾ ਹੈ ਬੱਚਿਆਂ ਨੂੰ। ਅਤੇ ਇੰਨਾ ਇੱਥੇ ਸ਼ੀਸ਼ਾ ਸਾਫ਼ ਹੈ ਨਾ, ਐਂ ਪੂਰਾ ਲੱਗਦਾ ਕਿ ਬਾਹਰ ਹੁਣੇ ਵੀ ਇਹਨੂੰ ਟੱਚ ਕੀਤਾ, ਹੁਣੇ ਵੀ ਟੱਚ ਕੀਤਾ। ਬਹੁਤ ਹੀ ਵਧੀਆ ਐਕਸਪੀਰੀਅੰਸ ਲੱਗ ਰਿਹਾ, ਬਹੁਤ ਹੀ ਕਲਰਫੁੱਲ, ਬਿਊਟੀਫੁੱਲ। ਤੁਸੀਂ ਕਿਤੇ ਫਿਸ਼ ਦੇਖਣ ਦਾ ਤੁਹਾਨੂੰ ਮੌਕਾ ਮਿਲੇ, ਜ਼ਰੂਰ ਇਹਨੂੰ ਦੇਖਿਆ ਜੇ। ਅਤੇ ਇਹਨੂੰ ਬੱਚੇ ਜਿਹੜੇ ਨੇ ਉਹ ਨੌਲੇਜ ਵੀ ਲੈ ਰਹੇ ਨੇ ਕਿਸ ਤਰੀਕੇ ਦੇ, ਕਿਵੇਂ ਦੀਆਂ, ਕੀ ਇਹਨਾਂ ਦਾ ਫੀਡ ਟਾਈਮ ਹੈ, ਕਿ ਇਹਨਾਂ ਦੇ ਪੂਰਾ ਜਿੰਨਾ ਵੀ ਫਿਸ਼ ਦੀ ਨੌਲੇਜ ਉਹ ਸਾਰੀ ਬੱਚਿਆਂ ਨੂੰ ਦੇ ਰਹੇ ਨੇ ਇੱਥੇ ਪ੍ਰੋਪਰ ਤਰੀਕੇ ਨਾਲ। ਅਤੇ ਜਪਨੀਤ ਪੂਰਾ ਧਿਆਨ ਦੇ ਨਾਲ ਸੁਣ ਕੇ ਬੱਚਿਆਂ ਨੂੰ ਐਕਸਪਲੇਨ ਕਰ ਰਹੀ ਹੈ। ਇਹ ਸੈਕਸ਼ਨ ਇਹ ਵੀ ਕਿ ਉਸ ਤੋਂ ਬਾਅਦ ਫੀਡ ਦਾ ਟਾਈਮ ਹੋ ਗਿਆ, ਫਿਸ਼ ਕਾਫੀ ਐਕਟਿਵ ਹੋ ਗਈਆਂ। ਇਹਤੋਂ ਪਹਿਲਾਂ ਤਾਂ ਬਹੁਤ ਸੁੱਤੀਆਂ ਸੁੱਤੀਆਂ ਜਿਹੀਆਂ ਹੋਈਆਂ ਸੀ ਫਿਸ਼, ਅਤੇ ਪੂਰੀਆਂ ਐਕਟਿਵ ਨੇ। ਅਤੇ ਇਹ ਨਾ ਉੱਪਰੋਂ ਪਾਈਪ ਦੇ ਨਾਲ ਇਹ ਖਾਣਾ ਦਿੰਦੇ ਨੇ, ਇਹਨਾਂ ਨੂੰ ਉੱਥੋਂ ਤੱਕ ਵੀ ਪਹੁੰਚੇ, ਸਾਰੀਆਂ ਫਿਸ਼ ਤੱਕ ਖਾਣਾ ਪਹੁੰਚੇ। ਆ ਜਿਹੜੀ ਲੰਬੀ ਜਿਹੀ ਪਾਈਪ ਹੈ ਨਾ, ਇੱਥੋਂ ਉੱਪਰੋਂ ਇਹ ਛੋਟਾ ਜਿਹਾ ਸੁਰਾਖ ਕਰਕੇ ਉਦੋਂ ਤੋਂ ਦਿੰਦੇ ਨੇ, ਫੀਡ ਦਿੰਦੇ ਨੇ ਸਾਰਿਆਂ ਨੂੰ, ਫਿਸ਼ ਨੂੰ। ਅਤੇ ਪੂਰੀਆਂ ਐਕਟਿਵ ਨੇ, ਜਿਹੜੀਆਂ ਚੁਸਤ ਨੇ ਉਹ ਪਹਿਲਾਂ ਦਾ ਖਾ ਲੈਂਦੀਆਂ, ਜਿਹੜੀਆਂ ਸੁਸਤ ਨੇ ਉਹ ਵਿਚਾਰੇ ਰਹਿ ਜਾਂਦੀਆਂ, ਪਰ ਉਹ ਸਮੈਲ ਦੇ ਨਾਲ ਹੀ ਸਾਰੀਆਂ ਆ ਰਹੀਆਂ ਨੇ, ਐਕਟਿਵ ਹੋ ਰਹੀਆਂ ਨੇ। ਅਤੇ ਬਹੁਤ ਹੀ ਸੁੰਦਰ ਸੁੰਦਰ ਜੀਆਂ ਨੇ ਇੱਥੇ, ਜਿਹੜੀ ਇਹ ਅੰਦਰ ਜਿਹੜਾ ਪਾਣੀ ਰੱਖਿਆ, ਕਾਈ ਜੰਮੀ ਹੋਈ, ਉਹ ਵੀ ਬੜਾ ਡਿਫਰੈਂਟ ਡਿਫਰੈਂਟ ਤਰੀਕੇ ਦਾ। ਬੜਾ ਮਜ਼ਾ ਆਇਆ ਇਹਨੂੰ ਦੇਖ ਕੇ ਨਾ, ਬੜਾ ਸਮੂਥ ਜਿਹਾ, ਬੜਾ ਅਮੇਜ਼ਿੰਗ ਜਿਹਾ ਐਕਸਪੀਰੀਅੰਸ ਸੀ ਇੱਥੋਂ ਦਾ। ਫਿਸ਼ ਚਾਹੇ ਅੰਦਰ ਸੀ ਪਰ ਬਾਹਰ ਦੇਖ ਕੇ ਵੀ ਐਂ ਲੱਗ ਰਿਹਾ ਸੀ ਕਿ ਅਸੀਂ ਉਹਨਾਂ ਨਾਲ ਫਿਸ਼ ਨਾਲ ਖੇਲ ਰਹੇ ਹਾਂ, ਅਤੇ ਐਵੇਂ ਬੱਚੇ ਤਾਂ ਸਗੋਂ ਹੀ ਜ਼ਿਆਦਾ ਇੰਜੋਏ ਕਰ ਰਹੇ ਸੀ। ਇੱਥੇ ਛੋਟੀਆਂ ਛੋਟੀਆਂ ਬੱਚਿਆਂ ਦੀ ਐਕਟੀਵਿਟੀਜ਼ ਵੀ ਹੈਗੀਆਂ ਸੀ ਕਿ ਫਿਸ਼ ਦੇ ਰਿਗਾਰਡਿੰਗ ਹੀ, ਤੁਸੀਂ ਪੇਂਟ ਕਰੋ, ਇਹਨਾਂ ਨੂੰ ਦੇਖੋ ਕਿੱਦਾਂ ਕੀ ਕਰਦੇ, ਇਹਨਾਂ ਨੂੰ ਖੇਲੋ, ਬਣਾਓ, ਇਹਨਾਂ ਦੀ ਨੌਲੇਜ ਲਓ। ਕੁਛ ਚੀਜ਼ਾਂ ਤਾਂ ਐਵੇਂ ਦੀਆਂ ਵੀ ਸੀ ਕਿ ਤੁਸੀਂ ਪੂਰਾ ਉਹਨੂੰ ਟੱਚ ਵੀ ਕਰਵਾਉਂਦੇ ਕਿ ਤੁਸੀਂ ਕਿਵੇਂ ਇਹਨੂੰ ਟੱਚ ਕਰ ਸਕਦੇ ਹੋ, ਫੀਲ ਕਰ ਸਕਦੇ ਹੋ, ਤੁਹਾਨੂੰ ਕਿੱਦਾਂ ਦੀ ਲੱਗੇ। ਅਤੇ ਐਵੇਂ ਲੱਗ ਰਿਹਾ ਕਿ ਜਿਵੇਂ ਇਹਨਾਂ ਦੇ ਨਾਲ ਨਾਲ ਹੀ ਅਸੀਂ ਖੇਲ ਰਹੇ ਹਾਂ, ਕਰ ਰਹੇ ਹਾਂ। ਬਹੁਤ ਹੀ ਵਧੀਆ ਵਧੀਆ ਐਕਸਪੀਰੀਅੰਸ ਸੀ ਇਹਨਾਂ ਨੂੰ ਲੈ ਕੇ। ਅਤੇ ਫਿਰ ਸੁਰਤਪਾਲ ਸਾਡੀਆਂ ਬਹੁਤ ਟਾਈਮ ਦੀਆਂ ਫੋਟੋਆਂ ਖਿੱਚ ਰਿਹਾ ਸੀ, ਵੀਡੀਓ ਬਣਾ ਰਹੇ, ਸੋਚਿਆ ਚੱਲ ਹੁਣ ਤੂੰ ਵੀ ਫਿਸ਼ ਨਾਲ ਖੇਲ ਲੈ ਅਤੇ ਅਸੀਂ ਹੁਣ ਤੁਹਾਡੇ ਤੇਰਾ ਫੋਟੋ ਸ਼ੂਟ ਕਰਨਾ। ਸੋ ਇਹ ਵੀ ਇੰਜੋਏ ਕਰਨ ਲੱਗ ਪਿਆ, ਅਤੇ ਇਹਦਾ ਟਾਈਮ ਥੋੜ੍ਹਾ ਹੀ ਸੀ, ਇਹ ਵਾਪਸ ਆ ਗਿਆ, ਵਾਪਸ ਕੈਮਰਾ ਫੜ ਕੇ ਆਏ ਸੀ ਅਤੇ ਫਿਰ ਦੁਬਾਰਾ ਖੇਲਣ ਲੱਗ ਪਏ। ਅਸੀਂ ਤਾਂ ਬੱਚਿਆਂ ਦੇ ਨਾਲ ਫੁੱਲ ਔਫ ਮਸਤੀ ਦੇ ਵਿੱਚ ਸੀ, ਅਸੀਂ ਪੂਰਾ ਇੰਜੋਏ ਕੀਤਾ ਇਹਨਾਂ ਨੂੰ ਲੈ ਕੇ, ਫਿਸ਼ ਨੂੰ ਲੈ ਕੇ। ਸੁਖਵਿੰਦਰ, ਬੱਚਿਆਂ ਨੇ, ਸੰਤ, ਅਸੀਸ ਨੇ, ਸਾਰੇ, ਜਪਨੀਤ, ਰਤਨ ਨੇ ਪੂਰਾ, ਰਤਨ ਜਪਨੀਤ ਨੇ ਸਾਨੂੰ ਪੂਰਾ ਘੁਮਾਇਆ, ਅਸੀਂ ਸਾਰਿਆਂ ਨੇ ਪੂਰਾ ਇੰਜੋਏ ਕੀਤਾ। ਅਤੇ ਇਹਨਾਂ ਦਾ ਨਾ ਕੁਛ ਟਾਈਮ ਹੁੰਦਾ ਹੈ ਸ਼ਾਮ ਦਾ ਟਾਈਮ, ਜਿੱਥੇ ਐਕਟੀਵਿਟੀ ਹੁੰਦੀ ਹੈ ਕੁਛ ਫਿਸ਼ ਨੂੰ ਲੈ ਕੇ, ਅਤੇ ਉਹਨਾਂ ਦੀ ਹੋਰ, ਉਹਨਾਂ ਦੇ ਬਾਰੇ ਕੁਛ, ਉਹਨਾਂ ਦੀ ਐਕਟੀਵਿਟੀ ਵਾਸਤੇ। ਅਤੇ ਉਦੋਂ ਤੱਕ ਤਾਂ ਅਸੀਂ ਰੁਕੇ ਨਹੀਂ, ਅਸੀਂ ਉਦੋਂ ਪਹਿਲਾਂ ਫਿਰ ਅਸੀਂ ਆ ਗਏ, ਅਤੇ ਅਸੀਂ ਨਾਲ ਹੀ ਲੱਗੇ ਸੀ ਇੱਥੇ ਬੀਚ, ਉੱਥੇ ਹੀ ਆ ਗਏ, ਥੋੜ੍ਹਾ ਜਿਹਾ ਕਿਆ, ਥੋੜ੍ਹੀ ਜਿਹੀ ਵਾਕ ਕੀਤੀ, ਥੋੜ੍ਹਾ ਜਿਹਾ ਫੋਟੋ ਸੈਸ਼ਨ ਹੋਇਆ, ਘੁੰਮੇ ਫਿਰੇ ਅਤੇ ਇੰਜੋਏ ਕੀਤਾ। ਮੌਸਮ ਵੀ ਵਧੀਆ ਸੀ, ਅਸੀਂ ਖਾਣਾ ਘਰੋਂ ਹੀ ਬਣਾ ਕੇ ਲੈ ਗਏ, ਉਹ ਅਸੀਂ ਸ਼ੂਟ ਨਹੀਂ ਕੀਤਾ, ਉੱਥੇ ਬਹਿ ਕੇ ਅਸੀਂ ਫਿਸ਼ ਦੇਖ ਕੇ ਅਸੀਂ ਖਾਣਾ ਖਾਧਾ ਪਹਿਲਾਂ। ਉਸ ਤੋਂ ਬਾਅਦ ਅਸੀਂ ਇੱਥੇ ਬੀਚ 'ਤੇ ਆ ਗਏ, ਇੱਥੇ ਅਸੀਂ ਸੈਰ ਕੀਤੀ ਬੱਚਿਆਂ ਦੇ ਨਾਲ, ਘੁੰਮੇ ਫਿਰੇ, ਫਿਰ ਹੋ ਗਈ ਸ਼ਾਮ, ਅਤੇ ਉਹਨੇ ਚਿਰ ਨੂੰ ਅਸੀਂ ਵਾਪਸ ਆ ਗਏ।
ਅਤੇ ਇਹ ਸਾਡਾ ਫਸਟ ਡੇ ਦਾ ਸੀ ਟ੍ਰਿਪ, ਅਤੇ ਉਦੋਂ ਬਾਅਦ ਮੈਂ ਤੁਹਾਨੂੰ ਇਸ ਵਲੋਗ ਦੇ ਵਿੱਚ ਅਗਲੇ ਡੇ ਦਾ ਵੀ ਦਿਖਾਵਾਂਗੇ, ਵੀ ਛੋਟਾ ਜਿਹਾ ਟ੍ਰਿਪ ਹੈ। ਫਿਰ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਗਏ ਮੇਰੇ ਕਜ਼ਨ ਬ੍ਰਦਰ ਉਹਦਾ ਇਨ-ਲੋਜ਼ ਦਾ ਫਾਰਮ ਹੈ, ਉੱਥੇ ਹਾਰਸ ਫਾਰਮ ਹੈ ਇੱਦਾਂ ਦਾ, ਅਤੇ ਉੱਥੇ ਅਸੀਂ ਗਏ। ਉੱਥੇ ਅਸੀਂ ਅੱਛੀ ਦੇਖੀ ਹਾਰਸ ਦੇ ਨਾਲ, ਇਹ ਬੜੇ ਫਰੈਂਡਲੀ ਸੀ, ਇਹਨਾਂ ਨੇ ਕੋਈ ਓਪਰਾ ਨਹੀਂ ਕੀਤਾ ਵੀ ਨਵੇਂ ਆਏ ਹੋ ਤੁਸੀਂ, ਬੜਾ ਵਧੀਆ ਸੀ, ਫਰੈਂਡਲੀ ਸੀ। ਹਾਰਸ ਰਾਈਡਿੰਗ ਤਾਂ ਨਹੀਂ ਅਸੀਂ ਕੀਤੀ, ਪਰ ਪੂਰਾ ਅਸੀਂ ਇਹਨੂੰ ਐਕਸਪਲੋਰ ਕੀਤਾ ਫਾਰਮ ਨੂੰ। ਇੱਥੇ ਸਮੈਲ ਬੜੀ ਆ ਰਹੀ ਸੀ, ਅਤੇ ਜਿਹੜੇ ਆਉਂਦੇ ਰਹੇ ਨੇ ਉਹਨਾਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ, ਬੱਚਿਆਂ ਨੂੰ ਬੜੀ ਪ੍ਰੋਬਲਮ ਹੋ ਰਹੀ ਸੀ, ਅਤੇ ਬੱਚਿਆਂ ਨੂੰ ਕੁਛ ਹੋ ਰਿਹਾ ਸੀ ਕਿ ਇੱਥੇ ਸਮੈਲ ਆ ਰਹੀ ਹੈ। ਅਤੇ ਮੈਂ ਤਾਂ ਆਪਣੇ ਦੇਖਿਆ ਸਮੈਲ ਦਾ, ਸਾਰੇ ਨੱਕ ਨੂੰ ਮੂੰਹ ਨੂੰ ਮਾਸਕ ਲਗਾ ਕੇ ਜਾ ਰਹੇ ਸੀ, ਅਤੇ ਮੈਂ ਤਾਂ ਇੱਥੇ ਵੀਡੀਓ ਫੋਟੋ 'ਤੇ, ਮੈਨੂੰ ਹੋਰਸ ਵੈਸੇ ਵੀ ਬੜੇ ਵਧੀਆ ਲੱਗਦੇ ਨੇ, ਅਤੇ ਮੈਂ ਪੂਰਾ ਚੰਗੀ ਤਸੱਲੀ ਨਾਲ ਇਹਨੂੰ ਐਕਸਪਲੋਰ ਕੀਤਾ। ਬੱਚਿਆਂ ਨੇ ਇੱਥੇ ਇੰਜੋਏ ਨਹੀਂ ਕੀਤਾ ਬਿਲਕੁਲ। ਫਿਰ ਅਸੀਂ ਬੱਚਿਆਂ ਨੂੰ ਸ਼ਾਮ ਦੇ ਟਾਈਮ ਲੈ ਗਏ ਪਾਰਕ 'ਚ, ਇੱਥੇ ਪਾਰਕ 'ਚ ਬੱਚੇ ਤਾਂ ਖੇਡ ਰਹੇ ਨੇ, ਅਤੇ ਮੈਂ ਆਪਣਾ ਬੈਠੀ ਹੋਈ ਹਾਂ, ਫੋਟੋ ਖਿਚਵਾ ਰਹੀ ਹਾਂ, ਵੀਡੀਓ ਬਣਵਾ ਰਹੀ ਹਾਂ, ਮੈਨੂੰ ਵਧੀਆ ਲੱਗ ਰਿਹਾ। ਟਾਈਮ ਤਾਂ ਜ਼ਿਆਦਾ ਗਰਮੀਆਂ ਤਾਂ ਨਹੀਂ ਸੀ ਹੈਗੀ, ਅਤੇ ਠੰਡ ਵੀ ਨਹੀਂ ਹੈਗੀ, ਅਤੇ ਹਵਾ ਠੰਡੀ ਠੰਡੀ ਚੱਲ ਰਹੀ ਹੈ, ਅਤੇ ਬੜਾ ਵਧੀਆ ਵੈਦਰ ਸੀ, ਬੜਾ ਵਧੀਆ ਲੱਗ ਰਿਹਾ ਸੀ, ਅੱਛਾ ਲੱਗ ਰਿਹਾ ਸੀ। ਅਤੇ ਖੁੱਲ੍ਹਾ ਆਸਮਾਨ, ਪਾਰਕ ਦੇ ਵਿੱਚ ਫਰੈਸ਼ ਏਅਰ, ਬੱਚਿਆਂ ਨੂੰ ਖੇਡ ਰਹੇ ਨੇ, ਅਤੇ ਝੂਲੇ ਮੈਂ ਤਾਂ ਨਹੀਂ ਜ਼ਿਆਦਾ ਲਏ, ਪਰ ਵੱਡਿਆਂ ਦੇ ਵਾਲੇ ਵੀ ਲੈਣ ਵਾਸਤੇ ਥੋੜ੍ਹੇ ਥੋੜ੍ਹੇ ਹੈਗੇ ਸੀ ਫਨ ਕਰਨ ਵਾਸਤੇ, ਅਤੇ ਮੈਂ ਸਿਰਫ ਫੋਟੋਆਂ ਹੀ ਖਿਚਵਾਈਆਂ ਅਤੇ ਵੀਡੀਓ ਬਣਵਾਈਆਂ, ਅਤੇ ਬੱਚਿਆਂ ਨੂੰ ਦੇਖ ਰਹੀ ਸੀ, ਉਹ ਇੰਜੋਏ ਕਰ ਰਹੇ ਸੀ। ਅਤੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ, ਜਾਂ ਮੈਨੂੰ ਕਮੈਂਟ ਕਰਕੇ ਦੱਸਿਆ ਜੇ ਕਿ ਮੇਰਾ ਆਸਟ੍ਰੇਲੀਆ ਵਾਲਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ, ਅਤੇ ਫਿਰ ਮੈਂ ਛੇਤੀ ਹੀ ਕੋਈ ਹੋਰ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਮਿਲਣੀ ਆ। ਅਤੇ ਦੇਖਿਆ ਜੇ ਵੀਡੀਓ ਕਿੰਨਾ ਹੀ ਇੰਜੋਏ ਕੀਤਾ, ਆਸਟ੍ਰੇਲੀਆ ਪੂਰਾ ਹੀ ਤੁਹਾਨੂੰ ਘੁਮਾਵਾਂਗੇ। ਆਹ ਵਾਲਾ ਜਿਹੜਾ ਮੈਂ ਇੱਥੇ ਰੱਸੀ ਵਾਲਾ ਕੀਤਾ ਸੀ ਥੋੜ੍ਹਾ ਜਿਹਾ, ਇਹਨੂੰ ਕ੍ਰੋਸ ਕਰਨਾ ਸੀ, ਰਸ ਥੱਲੇ ਵੀ ਐਵੇਂ ਰੱਸੀ ਬਣੀ ਹੋਈ ਸੀ, ਉਹਨਾਂ ਦੇ ਨਾਲ ਕ੍ਰੋਸ ਕਰਨਾ ਸੀ, ਤਾਂ ਉਵੇਂ ਅਸੀਂ ਇੱਥੇ ਮੈਂ ਕਰ ਹੀ ਸਾ। ਇੱਥੇ ਮੈਂ ਛੋਟੇ ਛੋਟੇ ਝੂਲੇ ਸੀ, ਛੋਟੇ ਛੋਟੇ ਨਹੀਂ ਵੱਡੇ ਹੀ ਝੂਲੇ ਸੀ, ਇੱਥੇ ਵੀ ਮੈਂ ਥੋੜ੍ਹਾ ਜਿਹਾ ਇੰਜੋਏ ਕੀਤਾ, ਇੱਥੇ ਝੂਲੇ ਵੀ ਲਏ ਬੱਚਿਆਂ ਵਾਲੇ, ਛੋਟੇ ਹੀ ਇਹ ਜਿਹੜੇ ਝੂਲੇ, ਇਹ ਵੱਡੇ ਵੀ ਤੁਸੀਂ ਲੈ ਸਕਦੇ ਹੋ, ਅਤੇ ਇੱਥੇ ਵੀ ਥੋੜ੍ਹੀ ਜਿਹੀ ਮਸਤੀ ਕਰ ਲਈ। ਅਤੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਪਲੀਜ਼, ਜੇ ਤੁਸੀਂ ਚੈਨਲ 'ਤੇ ਨਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਅਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਆਸਟ੍ਰੇਲੀਆ ਲਈ ਵਧੀਆ ਲੱਗੀ ਹੋਏਗੀ, ਅਤੇ ਫਿਰ ਮੈਂ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਛੇਤੀ ਹੀ ਮਿਲਣੀ ਆ। ਅਤੇ ਹੁਣ ਅਸੀਂ ਸਾਡੀ ਵਾਪਸੀ, ਹੁਣ ਅਸੀਂ ਅਗਲੇ ਦਿਨ ਵੀ ਘਰ ਜਾ ਰਹੇ ਹਾਂ ਵਾਪਸ। ਥੈਂਕ ਯੂ ਸੋ ਮੱਚ, ਟੇਕ ਕੇਅਰ, ਬਾਏ ਬਾਏ।